ਪਿਛਲੇ ਦਿਨੀ ਜਲੰਧਰ ਦੇ ਫਗਵਾੜਾ ਗੇਟ 'ਚ ਗੈਰ ਕਾਨੂੰਨੀ ਨਿਰਮਾਣ ਨੂੰ ਰੁਕਵਾਉਣ ਲਈ ਗਏ ਇੰਸਪੈਕਟਰ ਦਿਨੇਸ਼ ਜੋਸ਼ੀ ਉੱਪਰ ਸਾਬਕਾ ਮੇਅਰ ਸਹਿਗਲ ਵੱਲੋਂ ਹਮਲੇ ਦੇ ਬਾਅਦ ਪੂਰਾ ਨਿਗਮ ਪ੍ਰਸ਼ਾਸਨ 3 ਦਿਨ ਤੋਂ ਹੜਤਾਲ 'ਤੇ ਆ। ਉੱਥੇ ਦੂਜੇ ਪਾਸੇ ਜਲੰਧਰ ਦੇ ਸਾਬਕਾ ਮੇਅਰ ਸੁਰੇਸ਼ ਸਹਿਗਲ ਨੂੰ ਕੋਰਟ ਨੇ ਰਾਹਤ ਨਹੀਂ ਦਿੱਤੀ। ਉਹਨਾਂ ਦੀ ਰਿਹਾਈ 'ਚ ਵੀਰਵਾਰ ਨੂੰ ਲੰਬੀ ਬਹਿਸ ਹੋਈ, ਫਿਰ ਵੀ ਸਹਿਗਲ ਪੱਖ ਅਦਾਲਤ ਨੂੰ ਸੰਤੁਸ਼ਟ ਨਹੀਂ ਕਰ ਸਕਿਆ। ਜ਼ਿਕਰਯੋਗ ਹੈ ਕਿ ਸਾਬਕਾ ਮੇਅਰ ਸੁਰੇਸ਼ ਸਹਿਗਲ ਅਤੇ ਇੱਕ ਬਿਲਡਿੰਗ ਮਾਲਕ ਵੱਲੋਂ ਬੀਤੇ ਦਿਨੀ ਬਿਲਡਿੰਗ ਇੰਸਪੈਕਟਰ ਦਿਨੇਸ਼ ਜੋਸ਼ੀ ਦੀ ਖੂਬ ਕੁੱਟਮਾਰ ਕੀਤੀ ਗਈ ਸੀ, ਜਿਸ ਦੇ ਵਿਰੋਧ 'ਚ ਨਿਗਮ ਕਰਮਚਾਰੀਆਂ ਅਤੇ ਅਧਿਕਾਰੀ ਸੁਰੇਸ਼ ਸਹਿਗਲ ਦੀ ਗ੍ਰਿਫਤਾਰੀ ਦੀ ਮੰਗ 'ਤੇ ਅੜੇ ਹੋਏ ਨੇ। ਨਿਗਮ ਸਟਾਫ ਇਹ ਵੀ ਮੰਗ ਕਰ ਰਿਹਾ ਕਿ ਸੁਰੇਸ਼ ਸਹਿਗਲ ਉੱਪਰ ਨਿਗਮ ਵੱਲੋਂ ਗੈਰ ਜ਼ਮਾਨਤੀ ਧਾਰਾਵਾਂ ਦੇ ਤਹਿਤ ਪਰਚਾ ਦਰਜ ਕਰਵਾਇਆ ਜਾਵੇ। ਇਸ ਮੰਗ ਨੂੰ ਲੈ ਕੇ ਹੜਤਾਲੀ ਨਿਗਮ ਕਰਮਚਾਰੀਆਂ ਨੇ ਨਿਗਮ ਕਮਿਸ਼ਨਰ ਅਤੇ ਮੇਅਰ ਦੇ ਨਾਲ ਮੁਲਾਕਾਤ ਵੀ ਕੀਤੀ ਹੈ ਅਤੇ ਸੰਘਰਸ਼ ਹੋਰ ਤਿੱਖਾ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ। ਮੈਂ ਜਨਗਰਾਜ ਬਾਰੀ, ਪ੍ਰਧਾਨ SCBC ਯੂਨੀਅਨ ਤੋਂ। ਅਜੇ ਧਰਨੇ ਦਾ ਮੇਨ ਕਾਰਨ ਹੈ ਜੀ, ਸਾਡੇ ਇੱਕ ਮੁਲਾਜ਼ਮ ਨਾਲ ਜਿਹਨਾਂ ਬਹੁਤ ਜ਼ਿਆਦਾ ਧੱਕਾ ਹੋਇਆ ਵਾ, ਉਹਨਾਂ ਮਾਰਪਿੱਟ ਹੋਈ ਆ, ਬਹੁਤ ਮਾਰ ਕਟਾਈ ਹੋਈ ਆ, ਜਿਹਦੇ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਔਰ ਜਿਹੜਾ ਇਹ ਆਰੋਪੀ ਸੀਗਾ ਸੁਰੇਸ਼ ਸਹਿਗਲ, ਉਹਦੀ ਬੇਲ ਵੀ ਕੈਂਸਲ ਹੋ ਗਈ ਆ ਔਰ ਉਹਦੀ ਜ਼ਮਾਨਤ ਰੱਦ ਹੋ ਗਈ ਹੈਗੀ ਆ, ਔਰ ਅਸੀਂ ਇਹ ਚਾਹੁੰਦੇ ਹਾਂ ਕਿ ਉਹਦੀ ਗ੍ਰਿਫਤਾਰੀ ਹੋਵੇ। ਸੁਪਰਡੈਂਟ ਮਨਦੀਪ ਸਿੰਘ, ਜਿਹੜਾ ਨਗਰ ਨਿਗਮ ਦੇ ਇੱਕ ਬਿਲਡਿੰਗ ਇੰਸਪੈਕਟਰ ਦਿਨੇਸ਼ ਜੋਸ਼ੀ ਦੇ ਨਾਲ ਸਾਬਕਾ ਮੇਅਰ ਸੁਰੇਸ਼ ਸਹਿਗਲ ਵੱਲੋਂ ਬਦਤਮੀਜ਼ੀ ਕੀਤੀ ਗਈ ਆ, ਉਹਦੇ ਨਾਲ ਮਾਰ ਕੁਟਾਈ ਕੀਤੀ ਗਈ ਆ ਔਰ ਉਹਦੇ ਨਾਲ ਭੱਦਰ ਭਾਸ਼ਾ ਦਾ ਪ੍ਰਯੋਗ ਕੀਤਾ ਗਿਆ। ਸੋ ਸਾਰੇ ਹੀ ਮੁਲਾਜ਼ਮਾਂ ਦੇ ਵਿੱਚ ਇਸ ਗੱਲ ਦਾ ਭਾਰੀ ਰੋਸ ਪਾਇਆ ਜਾ ਰਿਹਾ ਔਰ ਜਿਸ ਦਿਨ ਦੀ ਇਹ ਮੰਦਭਾਗੀ ਘਟਨਾ ਵਾਪਰੀ ਆ, ਸਾਰੇ ਨਗਰ ਨਿਗਮ ਦੀਆਂ ਸਾਰੀਆਂ ਯੂਨੀਅਨਾਂ ਧਰਨੇ 'ਤੇ ਬੈਠੀਆਂ ਹੋਈਆਂ ਵਾ। ਤੋ ਸਾਡੀ ਸਾਰੇ ਯੂਨੀਅਨਾਂ ਦੀ ਇਹ ਮੰਗ ਆ ਕਿ ਦੋਸ਼ੀ ਨੂੰ ਤੁਰੰਤ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਜਿਹੜਾ ਮੁਲਾਜ਼ਮਾਂ ਦੇ ਵਿੱਚ ਰੋਸ ਆ, ਅਜੇ ਤਾਂ ਜਲੰਧਰ 'ਚ ਆ, ਹੌਲੀ ਹੌਲੀ ਇਹ ਰੋਸ ਸਾਰੇ ਪੰਜਾਬ ਦੇ ਵਿੱਚ ਫੈਲਦਾ ਜਾ ਰਿਹਾ। ਇਸ ਤੋਂ ਪਹਿਲਾਂ ਕਿ ਇਹ ਸਾਰਾ ਐਜੀਟੇਸ਼ਨ ਪੰਜਾਬ 'ਚ ਜਾਵੇ, ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਦੋਸ਼ੀ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।